सत श्री अकाल, तुसीं देख रहे हो द पंजाब टीवी। तो मैं हाँ जज सिंह चाहल। अज के पंजाबी प्राइम टाइम दे विच तुहाडा सारयां दा बहुत बहुत स्वागत है। पंजाबी प्राइम टाइम दे विच गल करांगे केंद्रीय राज गृह मंत्री अजय मिश्रा दी, जिन्हां दी शिकायत देश दे राष्ट्रपति दे कोल पहुँच गई है। किसानां दी शिकायत भाजपा दे वल्लों पंजाब दे DGP नूं कर दित्ती गई है, उह क्यों तुहानूं उह वी दस्सांगे। कि पंजाब दे मुख्यमंत्री चरणजीत सिंह चन्नी ने अद्धा पंजाब केंद्रीय गृह मंत्री अमित शाह के हवाले कर दिता है, यह सवाल क्यों उठा है तुहानू इस बारे भी पूरी तरह जानकारी देंगे। PM मोदी दे वल्लों 100 लाख करोड़ की योजना की शुरुआत कर दी गई है। अमरिंदर सिंह राजा वड़िंग ने पंजाब के नौजवानों लिए एक वड्डा ऐलान किया है। अरविंद केजरीवाल पंजाब आए और पंजाब के लीडर से वड्डे इल्जाम उन्होंने वल्लों ला दिते गए ने। तुहानू सारी जानकारी देने जा रहे हैं, पर सब तो पहला शुरुआत करते हैं लखीमपुर खेड़ी कांड तो, जिहदे विच केंद्रीय मंत्री का पुत्र आशीष मिश्रा STF के हवाले है। लगातार पुछगिछ STF के वलों की जा रही है, पर हुण मंग किसानां दे वलों अते विरोधी धिरां दे वलों की जा रही है कि केंद्रीय राज गृह मंत्री नूं भी गिरफ्तार किया जाना चाहिए है। अते अजय मिश्रा की शिकायत हुण देश दे राष्ट्रपति रामनाथ कोविंद दे कोल पहुँच गई है। दरअसल कांग्रेस पार्टी का एक उच्च पदरी वफद देश दे राष्ट्रपति नूं मिलिया है अते मिलके ਇਹ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਦੇ ਵਿੱਚੋਂ ਮੰਤਰੀ ਮੰਡਲ ਦੇ ਵਿੱਚੋਂ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਜਾਣਕਾਰੀ ਦਿੱਤੀ ਕਿ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਪਿੱਛੇ ਉਹਨਾਂ ਨੇ ਕਾਰਨ ਦੱਸਿਆ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਜਿੰਨੀ ਦੇਰ ਤੱਕ ਆਸ਼ੀਸ਼ ਮਿਸ਼ਰਾ ਦਾ ਪਿਤਾ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਗ੍ਰਹਿ ਮੰਤਰੀ ਹੋਵੇਗਾ, ਉਨੀ ਦੇਰ ਤੱਕ ਨਿਰਪੱਖ ਤਰੀਕੇ ਨਾਲ ਜਾਂਚ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਹੈ। ਪਹਿਲੀ ਗੱਲ ਤਾਂ ਇਹ, ਮੰਤਰੀ ਮੰਡਲ ਚੋਂ ਬਾਹਰ ਕੱਢੋ। ਦੂਜੀ ਗੱਲ, ਗ੍ਰਿਫਤਾਰ ਅਜੇ ਮਿਸ਼ਰਾ ਨੂੰ ਵੀ ਕੀਤਾ ਜਾਣਾ ਚਾਹੀਦਾ ਹੈ। ਹੁਣ ਰਾਸ਼ਟਰਪਤੀ ਦੇ ਵੱਲੋਂ ਇਸ ਸੰਬੰਧੀ ਕੀ ਐਕਸ਼ਨ ਲਿਆ ਜਾਂਦਾ ਹੈ, ਉਹ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ। ਪਰ ਕਾਂਗਰਸ ਪਾਰਟੀ ਦੇ ਵੱਲੋਂ ਅਤੇ ਬਾਕੀ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ BJP ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਕ ਹੋਰ ਖਬਰ ਵੀ ਲਖੀਮਪੁਰ ਖੇੜੀ ਨੂੰ ਲੈ ਕੇ ਸਾਹਮਣੇ ਆਈ ਹੈ। ਆਸ਼ੀਸ਼ ਮਿਸ਼ਰਾ ਦੇ ਦੋਸਤ ਅੰਕਿਤ ਦਾਸ ਦੇ ਵੱਲੋਂ ਬੀਤੇ ਦਿਨੀ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਸੀ ਕਿ ਮੈਂ ਸਰੈਂਡਰ ਕਰਨਾ ਚਾਹੁੰਦਾ ਹਾਂ, ਅਤੇ ਅੱਜ ਖਬਰ ਆਈ ਹੈ ਕਿ ਅੰਕਿਤ ਦਾਸ ਦੇ ਵੱਲੋਂ STF ਦੇ ਸਾਹਮਣੇ ਸਰੈਂਡਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਉਹਨਾਂ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਦਿਖਾਈ ਦਿੰਦੀ ਹੈ ਜਿਨ੍ਹਾਂ ਨੂੰ ਕਿ ਲਖੀਮਪੁਰ ਕਾਂਡ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਆਸ਼ੀਸ਼ ਮਿਸ਼ਰਾ ਦਾ ਦੋਸਤ ਅੰਕਿਤ ਦਾਸ ਵੀ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਪਹੁੰਚ ਚੁੱਕਿਆ ਹੈ। BJP ਦੇ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੱਖਪਾਤ ਨਹੀਂ ਕਰਾਂਗੇ, ਚੰਗੇ ਤਰੀਕੇ ਨਾਲ ਜਾਂਚ ਕਰਾਂਗੇ ਅਤੇ ਜਿਹੜਾ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਮਰੀਕਾ ਗਏ ਹੋਏ ਸਨ, ਉੱਥੇ ਪੱਤਰਕਾਰਾਂ ਨੇ ਉਹਨਾਂ ਦੇ ਕੋਲੋਂ ਲਖੀਮਪੁਰ ਬਾਰੇ ਸਵਾਲ ਪੁੱਛ ਲਿਆ। ਤਾਂ ਲਖੀਮਪੁਰ ਬਾਰੇ ਜਵਾਬ ਦਿੰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਲੱਗਦਾ ਹੈ ਕਿ ਭਾਰਤ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਪਰ ਉਹਨਾਂ ਵਿੱਚੋਂ ਚੁਣ ਚੁਣ ਕੇ ਘਟਨਾਵਾਂ ਨੂੰ ਉਭਾਰਿਆ ਜਾਂਦਾ ਹੈ। ਜਿਵੇਂ ਕਿ ਲਖੀਮਪੁਰ ਕਾਂਡ ਹੀ ਲੈ ਲਓ, ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਉਸ ਘਟਨਾਕ੍ਰਮ ਨੂੰ ਜ਼ਿਆਦਾ ਹਾਈਪ ਦਿੱਤੀ ਜਾ ਰਹੀ ਹੈ। ਉਹ ਕਹਿੰਦੇ ਨੇ ਸਾਰਾ ਕੁਝ ਮੰਦਭਾਗਾ ਹੋਇਆ ਹੈ, ਨਹੀਂ ਹੋਣਾ ਚਾਹੀਦਾ ਸੀ, ਅਤੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਮੇਰੇ ਸਾਥੀ ਦਾ ਪੁੱਤਰ ਵੀ ਮੁਸ਼ਕਲ ਦੇ ਵਿੱਚ ਫਸ ਗਿਆ ਹੈ। ਸਾਥੀ ਦੇ ਪੁੱਤਰ ਦਾ ਮਤਲਬ ਹੈ ਕੈਬਨਿਟ ਦਾ ਸਾਥੀ। ਕੈਬਨਿਟ ਦਾ ਸਾਥੀ ਕੌਣ ਹੈ? ਅਜੇ ਮਿਸ਼ਰਾ, ਅਤੇ ਉਹਦਾ ਪੁੱਤਰ ਕੌਣ ਹੈ? ਆਸ਼ੀਸ਼ ਮਿਸ਼ਰਾ। ਇਸ ਤਰ੍ਹਾਂ ਨਿਰਮਲਾ ਸੀਤਾਰਮਨ ਦਾ ਦੁੱਖ ਫੁੱਟ ਪਿਆ ਕਿ ਉਹਨਾਂ ਦੇ ਸਾਥੀ ਦਾ ਪੁੱਤਰ ਲਖੀਮਪੁਰ ਕਾਂਡ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ, ਮੁਸ਼ਕਲਾਂ ਦੇ ਵਿੱਚ ਫਸਿਆ ਹੋਇਆ ਹੈ। ਨਿਰਮਲਾ ਸੀਤਾਰਮਨ ਨੇ ਵੀ ਇਹੀ ਦਾਅਵਾ ਕੀਤਾ ਹੈ ਕਿ BJP ਦੀਆਂ ਸਰਕਾਰਾਂ ਇਸ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਕਰਨਗੀਆਂ, ਜਿਹੜਾ ਵੀ ਦੋਸ਼ੀ ਹੋਵੇਗਾ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ। ਇਹ ਦਾਅਵਾ ਇੱਥੇ BJP ਦੇ ਲਗਭਗ ਸਾਰੇ ਹੀ ਲੀਡਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਜੇਕਰ BJP ਦੇ ਮੰਤਰੀ ਦੀ ਸ਼ਿਕਾਇਤ ਰਾਸ਼ਟਰਪਤੀ ਦੇ ਕੋਲ ਪਹੁੰਚ ਗਈ ਹੈ, ਤਾਂ ਪੰਜਾਬ BJP ਨੇ ਕਿਸਾਨਾਂ ਦੀ ਸ਼ਿਕਾਇਤ ਪੰਜਾਬ ਦੇ DGP ਨੂੰ ਕਰ ਦਿੱਤੀ ਹੈ।
पंजाब भाजपा के आगू सुभाष शर्मा के वलों बीते दिन यह मांग की गई सी कि 15 अगस्त को दशहरे वाले दिन रावण की थान से जो पीएम मोदी का पुतला फूकने का ऐलान किया गया है उसनू वापस लिया जाना चाहिए है। हुण जदों किसान आगुआ के वलों इस तों इनकार कर दिता गया, वह कहिंदे ने कि साडा धर्म नाल कोई वाह वास्ता ही नहीं है, धर्म की रंगत नहीं देनी चाहिए है। तो हुण फिर सुभाष शर्मा के वलों पंजाब के DGP इकबाल प्रीत सहोता इस संबंधी लिखती शिकायत कर दी गई है। उन्हां दा कहना है कि किसान आगू पंजाब दे विच धर्म के आधार से वंडियां पाउणा चाहुंदे ने, पंजाब दी अमन शांति नूं भंग करना चाहुंदे ने, इस करके इन्हां ते वख-वख धरावां दे तहत परचे दर्ज कीते जाने चाहीदे ने। कहिंदे ने इन्हां ते धरावां लाओ 153A, B, 295A, 298 और 425 दी धारा इन्हां किसान आगुआं ते लगनियां चाहीदियां ने, इन्हां ते परचे करो। अते प्रशासन नूं भी भाजपा दे वल्लों अपील की गई है कि जेकर कोई भी किसान जथेबंदी अजिहा प्रोग्राम करन दी इजाजत मंगदी है कि असीं रावण दी थां ते भारत दे प्रधानमंत्री अते गृह मंत्री दे पुतले फूकणे ने, तां उन्हां नूं इजाजत नहीं दित्ती जाणी चाहीदी है, क्योंकि सीधे तौर ते इह हिंदू धर्म दी बेअदबी होवेगी। सुभाष शर्मा का कहना है कि पहली गल तो यह जानबुझ के हिंदू त्यौहारों को टारगेट किसानों के वलों किया जा रहा है, दूजी गल जिहड़े पुतले फूक रहे ने वह भी असी किसी धार्मिक रीति रिवाज नाल ही फूकते हाँ। पहला मंत्रां का उच्चारण किया जाता है, उस तो बाद ही रावण कुंभकर्ण और मेघनाथ के पुतलियां नूं अग लाई जाती है, जबकि रावण की थां ते यह प्रधानमंत्री नूं फूकण दीआं गल्लां कर रहे ने, उन्होंने पुतले नूं फूकण दीआं गल्लां कर रहे हैं, जो कि बिल्कुल गलत है। इन्हां ते परचे दर्ज किए जाने चाहिए ने। एक बार फिर तो किसानों के वलों जवाब आ गया है। डॉक्टर दर्शनपाल ने जवाब दिता है कि असी सारे धर्मां दा सत्कार करते हाँ, यह दशहरा सारयां दा सांझा त्यौहार है, BJP नूं इदां नहीं करना चाहिए, धार्मिक वंडियां नहीं पाउणियां चाहीदियां, असी हर एक त्यौहार ते इदां ही करते हैं, साल हो गया दिल्ली के बार्डर से बैठिया मजबूरी वासां ये सारे प्रोग्राम उलीकने पै रहे हैं, साडा किहड़ा दिल करता है, हर वो तरीका असी अपना रहे हैं जिस दे नाल केंद्र सरकार नूं दस्या जा सके कि साडियां मंगां मन्नो, असी दिल्ली दियां बरूहां ते बैठे हुए हाँ। यह कहना कि असी हिंदू त्यौहारों को टारगेट कर रहे हैं बिल्कुल गलत है, साडी अजिही कोई भी मंशा नहीं है। किसान आगुआं दे वल्लों एक बार फिर तो जवाब पंजाब भाजपा नूं दे दिता गया है। पंजाब भाजपा दे वल्लों एक होर भी दावा किया गया, एक सवाल पूछा गया दुष्यंत गौतम दे कोलों, जिहड़े कि पंजाब भाजपा के इंचार्ज ने, उन्हां दे कोलों सवाल पूछा गया कि पंजाब दे विच चोणां दे विच लखीमपुर कांड का कोई असर BJP नूं पएगा। दुष्यंत गौतम का कहना है कि लखीमपुर कांड का कोई भी असर पंजाब दे विच भाजपा के उपर नहीं पवेगा, भाव कहना यह चाहते हैं कि लखीमपुर के जिहड़ी किसानां दा हत्याकांड होया है पंजाब दे विच भाजपा नूं चोणां संबंधी चोणां दे तौर पर कोई भी नुकसान भाजपा नूं नहीं होवेगा, उन्हां दे वल्लों यह बहुत वड्डा दावा कर दिता गया है। अगली खबर के वल वधदे हां कि पंजाब के मुख्यमंत्री चरणजीत सिंह चन्नी ने अद्धा पंजाब देश के गृह मंत्री अमित शाह के हवाले कर दिता है, अद्धा पंजाब केंद्र सरकार नूं सौंप दिता है। यह सवाल क्यों उठाया है? क्योंकि यह सवाल पंजाब कांग्रेस के सबका प्रधान सुनील जाखड़ के वलों उठाया गया है। खबर आईया टाइम्स ऑफ इंडिया की खबर के मुताबिक केंद्रीय गृह मंत्रालय के वलों बॉर्डर सिक्योरिटी फोर्स सीमा सुरक्षा बल BSF का अधिकार खेत्र वधा दिता गया है। पहला जिथे BSF 15 किलोमीटर के दायरे के अधिकार खेत्र रखती सी, तलाशी ले सकती सी, जब्त कर सकती सी, किसी गिरफ्तार कर सकती सी बार्डर तो 15 किलोमीटर के अंदर अंदर, हुण उसका अधिकार खेत्र वधा के 50 किलोमीटर कर दिता गया है। इस सब के लिए सुनील जाखड़ के वलों चरणजीत सिंह चन्नी नूं जिम्मेवार दसिया जा रहा है। सुनील जाखड़ ने चरणजीत सिंह चन्नी की वह पोस्ट भी ट्विटर से शेयर की है 5 अक्तूबर नूं, जदों गृह मंत्री अमित शाह नूं चरणजीत सिंह चन्नी मिले सन, उस दे विच उन्होंने यह दस्या सी कि मैं बैठक दे विच गृह मंत्री नूं कहा है कि पाकिस्तान दे नाल लगदे पंजाब दे बॉर्डर सील किए जाने चाहिए ने, उन्हां ते सख्ती की जानी चाहिए है क्योंकि उधरों नशा भी आ रहा है, उधरों हथियार भी आ रहे ने, इस करके सख्ताई तुहानूं करनी चाहिए है। हुण सुनील जाखड़ दे कहण दा मतलब यह है कि चरणजीत सिंह चन्नी नूं सोचना चाहिए है कि उन्होंने केंद्र सरकार दे कोलों मंग की लिया है। हुण 50,000 स्क्वेयर किलोमीटर का है सारा पंजाब, सुनील जाखड़ कहिंदे ने कि BSF का अधिकार खेत्र हो गया है 25,000 स्क्वेयर किलोमीटर,
ਇਹਦਾ ਮਤਲਬ ਹੈ ਕਿ ਅੱਧਾ ਪੰਜਾਬ ਚੰਨੀ ਨੇ ਗ੍ਰਹਿ ਮੰਤਰੀ ਨੂੰ ਦੇ ਦਿੱਤਾ ਹੈ, ਭਾਵ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਤਰ੍ਹਾਂ ਆਪਣੇ ਹੀ ਮੁੱਖ ਮੰਤਰੀ ਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਕੰਮ ਸੁਨੀਲ ਜਾਖੜ ਦੇ ਵੱਲੋਂ ਕਰ ਦਿੱਤਾ ਗਿਆ ਹੈ। ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਦੀ ਤਾਂ ਉਹ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਕੋਟਕਪੁਰਾ ਤੋਂ ਵਿਧਾਇਕ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲੈ ਲਿਆ ਏ। ਕੁਲਤਾਰ ਸਿੰਘ ਸੰਧਵਾਂ ਕਹਿੰਦੇ ਨੇ ਕਿ ਪੰਜਾਬ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਤਾਂ ਸੂਬਿਆਂ ਲਈ ਵੱਧ ਹੱਕ ਮੰਗਦੇ ਹਾਂ, ਇਹ ਸਾਡੇ ਪਹਿਲੇ ਵੀ ਹੱਕ ਖੋਈ ਜਾਂਦੇ ਨੇ। 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿੰਨੀ ਕੁ ਰੋਕ ਲਾ ਦਿੱਤੀ ਹੈ BSF ਨੇ ਪਹਿਲਾਂ, ਜਿਹੜਾ ਨਸ਼ਾ ਆਉਂਦਾ ਹੈ ਹਥਿਆਰ ਆਉਂਦੇ ਨੇ, ਜਿਹੜਾ ਹੁਣ 50 ਕਿਲੋਮੀਟਰ ਦਾ ਦਾਇਰਾ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਜਾਣਕਾਰੀ ਦਈਏ ਤਾਂ ਪੰਜਾਬ ਦੇ ਨਾਲ ਨਾਲ BSF ਦੇ ਅਧਿਕਾਰ ਆਸਾਮ ਅਤੇ ਪੱਛਮੀ ਬੰਗਾਲ ਦੇ ਵਿੱਚ ਵੀ ਵਧਾ ਦਿੱਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਸਿੱਧੇ ਤੌਰ 'ਤੇ ਅਸਿੱਧੇ ਢੰਗ ਨਾਲ ਕੇਂਦਰ ਸਰਕਾਰ ਪੰਜਾਬ 'ਤੇ ਰਾਜ ਕਰਨਾ ਚਾਹੁੰਦੀ ਹੈ। ਇਸੇ ਕਰਕੇ ਹੀ 50 ਕਿਲੋਮੀਟਰ ਦਾ ਅਧਿਕਾਰ ਖੇਤਰ ਬਾਰਡਰ ਸਿਕਿਉਰਿਟੀ ਫੋਰਸ ਨੂੰ ਦੇ ਦਿੱਤਾ ਗਿਆ ਹੈ, ਜੋ ਕਿ ਸਿੱਧੇ ਤੌਰ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀ ਹੈ। ਇਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ ਅਤੇ ਸੂਬੇ ਦੇ ਅਧਿਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਸਿੱਧੇ ਤੌਰ 'ਤੇ ਇਹਨਾਂ ਪਾਰਟੀਆਂ ਦੇ ਵੱਲੋਂ ਕਰਾਰ ਦੇ ਦਿੱਤਾ ਗਿਆ ਹੈ। ਹੁਣ CM ਚੰਨੀ ਇਸ ਨੂੰ ਲੈ ਕੇ ਕੀ ਕਹਿਣਗੇ, ਕਿਉਂਕਿ ਜਾਖੜ ਨੂੰ ਵੀ ਜਵਾਬ ਦੇਣਾ ਪੈਣਾ ਹੈ। ਵਿਰੋਧੀਆਂ ਨੇ ਸਗੋਂ ਕੇਂਦਰ ਸਰਕਾਰ ਨੂੰ ਘੇਰਿਆ ਹੈ, ਪਰ ਜਾਖੜ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹਦੇ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਦੇ ਦਿਖਾਈ ਦਿੰਦੇ ਨੇ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਕੇਂਦਰ ਸਰਕਾਰ ਦੀ ਹੀ ਗੱਲ ਕਰ ਲੈਂਦੇ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਏ ਦਿਨ ਹੀ ਕਿਸੇ ਨਾ ਕਿਸੇ ਨਵੀਂ ਯੋਜਨਾ ਦਾ ਉਦਘਾਟਨ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਦੇ ਵੱਲੋਂ ਦੇਸ਼ ਦੇ ਵਿੱਚ 100 ਲੱਖ ਕਰੋੜ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਯੋਜਨਾ ਦਾ ਨਾਮ ਹੈ PM ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲੈਨ, ਭਾਵ ਗਤੀ ਦੇਣ ਲਈ, ਵਿਕਾਸ ਨੂੰ ਗਤੀ ਦੇਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। 15 ਅਗਸਤ ਨੂੰ ਦਿੱਤੇ ਗਏ ਆਪਣੇ ਭਾਸ਼ਣ ਦੇ ਵਿੱਚ PM ਮੋਦੀ ਨੇ ਇਸ ਯੋਜਨਾ ਦਾ ਜ਼ਿਕਰ ਕੀਤਾ ਸੀ ਕਿ ਸਾਡੀ ਸਰਕਾਰ ਇਹ ਯੋਜਨਾ ਸ਼ੁਰੂ ਕਰੇਗੀ ਅਤੇ ਅੱਜ ਉਸ ਦਾ ਉਦਘਾਟਨ ਦੇਸ਼ ਦੇ ਵਿੱਚ PM ਮੋਦੀ ਦੇ ਵੱਲੋਂ ਖੁਦ ਕਰ ਦਿੱਤਾ ਗਿਆ ਹੈ। ਇਸ ਯੋਜਨਾ ਦੇ ਵਿੱਚ ਆਖਰ ਹੋਏਗਾ ਕੀ, ਤੁਹਾਨੂੰ ਉਹ ਦੱਸਣਾ ਬਹੁਤ ਜ਼ਰੂਰੀ ਹੈ। PM ਮੋਦੀ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿੱਚ ਤਰੱਕੀ ਦੀ ਰਫ਼ਤਾਰ ਹੌਲੀ ਸੀ। ਉਹ ਕਿਉਂ? ਕਹਿੰਦੇ ਨੇ ਕਿ ਜਿਹੜੇ ਵੱਖ-ਵੱਖ ਸਰਕਾਰ ਦੇ ਵਿਭਾਗ ਨੇ, ਮੰਤਰਾਲੇ ਨੇ, ਉਹਨਾਂ ਨੂੰ ਇੱਕ ਦੂਜੇ ਦਾ ਪਤਾ ਨਹੀਂ ਲੱਗਦਾ ਕਿ ਇਸ ਕਿਸ ਵਿਭਾਗ ਦੇ ਵਿੱਚ ਕਿਹੜਾ ਕੰਮ ਚੱਲ ਰਿਹਾ ਹੈ, ਕਦੋਂ ਕਿਹੜਾ ਪ੍ਰੋਜੈਕਟ ਆਵੇਗਾ। ਹੁਣ ਇਸ ਯੋਜਨਾ ਦੇ ਤਹਿਤ ਇੱਕ ਮਾਸਟਰ ਪਲੈਨ ਤਿਆਰ ਕਰ ਲਿਆ ਗਿਆ, ਇੱਕ ਡਿਜੀਟਲ ਪਲੈਟਫਾਰਮ ਤਿਆਰ ਕਰ ਲਿਆ ਗਿਆ ਜਿਸ ਦੇ ਵਿੱਚ 16 ਮੰਤਰਾਲਿਆਂ ਨੂੰ ਜੋੜ ਦਿੱਤਾ ਗਿਆ ਹੈ। ਇਸ ਮਾਸਟਰ ਪਲੈਨ ਦੇ ਵਿੱਚ 16 ਮੰਤਰਾਲੇ ਇੱਕ ਦੂਜੇ ਦੇ ਵਿਭਾਗ ਦੇ ਵਿੱਚ ਕਿਹੜਾ ਪ੍ਰੋਜੈਕਟ ਚੱਲ ਰਿਹਾ ਹੈ, ਕਦੋਂ ਉਹ ਪੂਰਾ ਹੋਵੇਗਾ, ਕਦੋਂ ਸ਼ੁਰੂ ਹੋਵੇਗਾ, ਇਹ ਸਾਰੀ ਜਾਣਕਾਰੀ ਆਪਸ ਦੇ ਵਿੱਚ ਉਹ ਵਿਭਾਗ ਵੰਡ ਸਕਣਗੇ। ਇਹਦੇ ਨਾਲ ਤਰੱਕੀ ਦੀ ਰਫ਼ਤਾਰ ਹੋਰ ਵੀ ਤੇਜ਼ ਹੋਵੇਗੀ। PM ਮੋਦੀ ਦਾ ਕਹਿਣਾ ਹੈ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਵਿਭਾਗਾਂ ਦੇ ਵਿੱਚ ਆਪਸੀ ਤਾਲਮੇਲ ਨਹੀਂ ਹੁੰਦਾ, ਇੱਕ ਵਿਭਾਗ ਕੋਈ ਕੰਮ ਕਰੀ ਜਾਂਦਾ ਹੈ, ਦੂਜਾ ਵਿਭਾਗ ਕੁਝ ਹੋਰ ਕਰੀ ਜਾਂਦਾ ਹੈ, ਫਿਰ ਆਪਸ ਦੇ ਵਿੱਚ ਪਤਾ ਹੀ ਨਹੀਂ ਲੱਗਦਾ, ਇੱਕ ਵਿਭਾਗ ਕੁਝ ਬਣਾ ਦਿੰਦਾ ਹੈ, ਦੂਜਾ ਵਿਭਾਗ ਆ ਕੇ ਉਸ ਨੂੰ ਢਾ ਕੇ ਫਿਰ ਆਪਣਾ ਕੰਮ ਕਰਨ ਲੱਗ ਪੈਂਦਾ ਹੈ। ਇਸ ਕਰਕੇ ਜੇਕਰ ਵਿਭਾਗਾਂ ਦੇ ਵਿੱਚ ਤਾਲਮੇਲ ਹੋਵੇਗਾ, ਉਹਦੇ ਨਾਲ ਸਮਾਂ ਵੀ ਬਚੇਗਾ ਅਤੇ ਤਰੱਕੀ ਦੀ ਰਫ਼ਤਾਰ ਹੋਰ ਵੀ ਤੇਜ਼ ਹੋਵੇਗੀ। PM ਮੋਦੀ ਦਾ ਕਹਿਣਾ ਹੈ ਕਿ ਭਾਰਤ ਦੇ ਲੋਕਾਂ ਦੀ ਆਮਦਨ ਵਧਾਉਣ ਦਾ ਕੰਮ ਵੀ ਸਾਡੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਜਿੰਨੀ ਤਰੱਕੀ ਦੀ ਰਫ਼ਤਾਰ ਤੇਜ਼ ਹੋਏਗੀ, ਉਨਾ ਹੀ ਦੇਸ਼ ਦਾ ਜਿਹੜਾ ਆਮ ਨਾਗਰਿਕ ਹੈ ਉਹ ਵੀ ਸਸ਼ਕਤ ਹੋਵੇਗਾ, ਭਾਵ ਉਸਦੇ ਕੋਲ ਆਮਦਨ ਵਧੇਗੀ ਅਤੇ ਉਸਦੀ ਸੁਰੱਖਿਆ ਵੀ ਵਧੇਗੀ, ਜਿਹੜੀ ਆਪਣੀ ਨਿੱਜੀ ਸੁਰੱਖਿਆ ਹੁੰਦੀ ਹੈ ਜਿਸ ਨੂੰ ਆਰਥਿਕ ਸੁਰੱਖਿਆ ਵੀ ਕਿਹਾ ਜਾਂਦਾ ਹੈ, ਉਹ ਵੀ ਵਧੇਗੀ ਅਤੇ ਇਸ ਦੇ ਨਾਲ ਅਲਟੀਮੇਟਲੀ ਭਾਰਤ ਮਜ਼ਬੂਤ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਤਰੱਕੀ ਆਜ਼ਾਦੀ ਤੋਂ ਬਾਅਦ ਹੋਈ ਸੀ, ਹੁਣ ਤੱਕ ਜਦੋਂ 2014 ਤੋਂ ਪਹਿਲਾਂ ਉਹਨੇ ਸਰਕਾਰ ਨਹੀਂ ਬਣੀ ਸੀ, ਉਸ ਤੋਂ ਜ਼ਿਆਦਾ ਤਰੱਕੀ ਉਹਨਾਂ ਨੇ 7 ਸਾਲਾਂ ਦੇ ਵਿੱਚ ਕਰਵਾ ਦਿੱਤੀ ਹੈ। ਵੱਖ-ਵੱਖ ਉਦਾਹਰਨਾਂ ਦੇ ਕੇ PM ਮੋਦੀ ਦੇ ਵੱਲੋਂ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਗੱਲ ਸ਼ਹੀਦਾਂ ਦੀ ਕਰ ਲੈਂਦੇ ਹਾਂ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ 5 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੇ ਵਿੱਚੋਂ 3 ਪੰਜਾਬ ਤੋਂ ਸਨ। ਉਹਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਪੰਜਾਬ ਆਈਆਂ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਸ਼ਹੀਦਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।
जेकर गल करिए रोपड़ जिले के पछरंडा दे गजन सिंह दी तां इस संस्कार के मौके मुख्यमंत्री पंजाब चरणजीत सिंह चन्नी खुद पहुंचे अते उन्होंने गजन सिंह दी अर्थी नूं मोढ़ा भी दिता अते उस सन्मान समागम जिहड़ा सरकारी सन्मानां दे नाल संस्कार किया गया है उस दे विच मुख्यमंत्री दे वल्लों खुद शिरकत की गई है। जेकर गल करिए मनदीप सिंह जिहड़े कि गुरदासपुर जिले के पिंड चट्ठा सीढ़ी तो सन उत्थे मंत्री तृप्त रजिंद्र सिंह बाजवा दे वल्लों सरकार दे वल्लों हाजरी भरी गई है। जेकर गल की जाए जसविंदर सिंह दी जिहड़े कि माना तलवंडी जिला कपूरथला तो ने उत्थे सुखपाल सिंह खहरा पहुंचे मंत्री राणा गुरजीत सिंह पहुंचे श्रोमणी अकाली दल दे वल्लों बीबी जगीर कौर ने भी इत्थे हाजरी भरी है। इस तरह सरकारी सन्मानां दे नाल इन्हां शहीदां दा संस्कार किया गया है। परिवारां दा विरलाप इत्थे वेख्या नहीं जा रहा सी। सरकारी नुमाइंदियां दे वल्लों भी इत्थे हाजरियां भरियां गईयां अते परिवारां दे नाल दुख सांझा किया गया है। अगे वधदे हां वित्त मंत्री मनप्रीत सिंह बादल दे घर दे बाहर काफ़ी दिनों तो भारतीय किसान यूनियन एकता उग्राहां जथेबंदी दे वल्लों पक्का मोर्चा लाया गया है। वो क्यों बठिंडा दे विच नरमा पट्टी दे विच गुलाबी सुंडी ने नरमे की फसल तबाह कर दिती है। सीएम चन्नी गए सन ऐलान कर आए सन मुआवजा देंगे पर मुआवजा अजे तक नहीं दिता गया। इस करके पंजाब दे खजानची दा घर किसानां दे वल्लों घेरिया गया है। पंजाब सरकार दे सकत्तर दे वल्लों मीटिंग का समा दिता गया सी बीकेयू उग्राहां दे नुमाइंदियां नूं जिस दे विच झंडा सिंह जेठू की दी अगवाई दे विच ए मीटिंग किसानां दे वल्लों पंजाब सरकार दे प्रिंसीपल सकत्तर दे नाल कीती गई है पर मीटिंग बेसिट्टा रही है। झंडा सिंह जेठूके ने दसिया है कि पंजाब सरकार प्रति एकड़ 12,000 रुपया ही मुआवजा देना चाहती है जबकि असी मंग रहे हाँ कि किसानों मुआवजा 60,000 प्रति एकड़ दिता जाना चाहिए है अते जिहड़े मजदूर नरमा चुके अपना घर चलाउंदे सन उन्हां नूं 30,000 प्रति एकड़ मुआवजा दिता जाना चाहिए है। इस तरह फर्क बहुत ज़्यादा है। सरकार अगे नहीं वध रही है इसे करके किसानों ने ऐलान कर दिता है कि वित्त मंत्री के घर का घिराओ लगातार जारी रहेगा अते ये धरना उन्नी देर तक चलता रहेगा जिनी देर तक नरमे वाले किसानों नूं मुआवजा नहीं मिल जाता क्योंकि नरमा मरण के करके अद्धी दर्जन के करीब किसानों के वलों हुण तक खुदकुशियां भी कर लईयां गईयां ने क्योंकि सरकार ने अजे तक मुआवजा नहीं दिता है। इस करके ही वित्त मंत्री के घर के बाहर पक्का मोर्चा इन्हां किसानों के वलों ला लिया गया है। अगे वधदे हां अगले मंत्री की गल करते हैं हुण करते हैं ट्रांसपोर्ट मंत्री की गल। अमरिंदर सिंह राजा वड़िंग लगातार एक्शन मोड दे विच ने 100 के करीब बसा उन्होंने जब्त कर दित्तियां ने जिहड़ियां कि कानून की उलंघना कर रही सन अते अज बेरोजगार नौजवानों लई उन्हां दे वल्लों एक वड्डा ऐलान किया गया है। उन्होंने एक वीडियो जारी की है जिस कहते हैं कि 17 दियां चोणां तो पहला 2017 दियां विधानसभा चोणां तो पहला असी पंजाब दे बेरोजगार नौजवानों नाल वादा किया कि जिहड़ियां गलत बसा पंजाब दे विच चलदियां ने उन्हां नूं बंद करके नवे परमिट असी नवे नौजवानों नूं देंगे अते असी अपना वादा पूरा करन जा रहे हाँ। जिहड़ियां नजायज चल रही ने उन्हां नूं बंद किया जा रहा है अते हुण नवे परमिट ट्रांसपोर्ट विभाग दे वल्लों खोल दिते गए ने। कहिंदे ने 248 रूटां ते वड्डी बसों के लिए 864 परमिट सरकार दे वल्लों जारी किए जाने ने जिन्हां दे लई बेरोजगार नौजवानों तो अर्जियां पंजाब सरकार दे वल्लों मंग लईयां गईयां ने अते अर्जियां अपलाई करन दा समा भी वधा दिता गया है। हुण 17 अक्तूबर तक नौजवान परमिट दे लई अपलाई कर सकते ने। इहदे लई वैबसाइट भी जारी की गई है www.punjabtransport.org ते जाके बसों के परमिट लिए अपलाई किया जा सकता है। राजा वड़िंग कहिंदे ने कि असी कोशिश कर रहे हैं हर वो वादा पूरा करने की जिहड़ा असी चोणां तो पहला किया सी पर जिहड़ा काम हुण राजा वड़िंग कर रहे ने बसों नूं फड़ रहे ने। पिछले मंत्री ते सवाल उठे कि वह क्यों नहीं फड़दे सन वह कितने रले हुए सन नाल कितने इदां तां नहीं। रजिया सुल्ताना दे वल्लों हुण वड्डा दावा कर दिता गया है क्योंकि राजा वड़िंग तो पहला रजिया सुल्ताना ही ट्रांसपोर्ट मंत्री सन। रजिया सुल्ताना का कहना है कि जिहड़ी हुण कार्रवाई प्राइवेट बसों पर हो रही है बसा जब्त हो रही ने वो सारी प्रक्रिया मैं तैयार की सी वो सारे हुक्म मैं दिते सन उन्हां हुक्मां ते अमल हुण हो रहा है वो सारा काम मैं किया है। इस तरह सारा सिहरा राजा वड़िंग दे मत्थे तो ला के अपने सिर ते बनन दी कोशिश रजिया सुल्ताना दे वल्लों की जा रही है। कहिंदे ने सारा कुछ तां मैं कर चुकी सी
जो मैं हुक्म दिते सन उन्हां दी पालना हुण हो रही है। सारियां प्राइवेट बसां जिहड़ियां जब्त हो रही ने वह मेरे ही हुक्मां ते हो रही ने, क्योंकि उन्हां ते इल्जाम लग रहे सन कि वह ट्रांसपोर्ट माफिया दे नाल की मिले हुए ने, उन्होंने क्यों नहीं बंद करवाइया बसा। उन्होंने जवाब दे दिता है कि जिहड़ियां हुण बसा जब्त हो रही ने वह राजा वड़िंग नहीं सगों मैं जब्त करवाइया ने, मैं पहला हुक्म दिते सन उन्होंने हुक्मां की तामील हुण हो रही है। तुहाडे कोल सवाल पूछ लेना चाहुंदे आ कि जिहड़ियां बसां हुण जब्त हो रही ने, बंद हो रही ने, कार्रवाई हो रही है, तुहानूं लगता है कि साबका ट्रांसपोर्ट मंत्री रज़िया सुल्ताना दे हुक्मां दा पालन हुण हो रहा है कि जां फिर राजा वड़िंग सारा कुछ करवा रहे ने, तुहानूं की लगता है? जो भी तुहानूं लगता है कमेंट करके अपनी राय जरूर दिओ। अगे वधदे आ, दिल्ली दे मुख्यमंत्री अरविंद केजरीवाल दो दिन पंजाब दे दौरे ते आए सन। एक दिन वह जलंधर दे देवी तालाब मंदिर गए मत्था टेकण, सेखवां पिंड गए सेवा सेखवां दे परिवार नाल दुख सुख सांझा करन, अते दूजे दिन जलंधर दे विच उन्हां दे वल्लों व्यापारियां दे नाल गलबात कीती गई है। व्यापारियां नाल गलबात तों पहलां किसानां दे वल्लों अरविंद केजरीवाल दा विरोध कीता गया, उन्हां दे पोस्टर बैनर भी पाड़ दिते गए। किसानां दा दावा सी कि आम आदमी पार्टी दे वर्कर उन्हां नूं गालां कढ के गए ने, जिस तों बाद पुलिस ने काफ़ी मुशक्कत तों बाद इन्हां किसानां नूं रोकिया, विरोध कीता गया अरविंद केजरीवाल दा किसानां दे वल्लों। बाद दे विच मीटिंग हुई व्यापारियां दे नाल अरविंद केजरीवाल ਵਾਲ ਦੀ, ਬਹੁਤ ਸਾਰੇ ਵਾਅਦੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਪਾਰੀਆਂ ਦੇ ਨਾਲ ਕਰ ਦਿੱਤੇ ਗਏ ਨੇ, ਅਤੇ ਵੱਡੇ ਇਲਜ਼ਾਮ ਪੰਜਾਬ ਸਰਕਾਰ ਦੇ ਮੌਜੂਦਾ ਸਿਸਟਮ ਤੇ ਵੀ ਲਾ ਦਿੱਤੇ ਗਏ ਨੇ। ਇੱਥੋਂ ਤੱਕ ਦਾਅਵਾ ਅਰਵਿੰਦ ਕੇਜਰੀਵਾਲ ਨੇ ਕਰ ਦਿੱਤਾ ਕਿ ਵਪਾਰੀਆਂ ਨੂੰ ਪੰਜਾਬ ਦੇ ਵਿੱਚ ਤੰਗ ਕੀਤਾ ਜਾਂਦਾ ਏ, ਹਫ਼ਤਾ ਲਿਆ ਜਾਂਦਾ ਏ, ਮਹੀਨਾ ਲਿਆ ਜਾਂਦਾ ਏ, MLA ਵੀ ਹਫ਼ਤਾ ਲੈਂਦੇ ਨੇ, ਭਾਵ ਪੈਸੇ ਲੈਂਦੇ ਨੇ, ਹਿੱਸਾ ਲੈਂਦੇ ਨੇ ਵਿੱਚੋਂ, ਮੁੱਖ ਮੰਤਰੀ ਵੀ ਲੈਂਦਾ ਏ, सीधे तौर पर पंजाब के मुख्य मंत्री तक नूं भी भ्रिष्टाचार दे विच घसीट लिया अरविंद केजरीवाल ने। वो कहिंदे ने मैं भी मुख्य मंत्री हाँ, मैनू पता है इदां हो सकता है, जेकर मैं भी पैसे कमाने चाहां तां मैं अपने बंदियां नूं कहांगा कि जाके हिस्सा लैके आओ, वो लैके आउणगे, डरदिआं सारिआं नूं देणा भी पैणा है, पर असीं इदां नहीं करदे। एक मौका सानूं भी पंजाबी बोल के एक मौका पंजाब दे लोकां दे कोलों अरविंद केजरीवाल ने मंगिया है। वो कहिंदे ने कि दिल्ली दे विच असी भ्रिष्टाचार खत्म कर दिता है, पैसे नहीं देने पैंदे, वैसे भी जिहड़ियां फाइलां क्लीयर करवाउणियां हुंदियां ने पंजाब दे विच बिना पैसे तो नहीं हुंदियां, दिल्ली दे विच हुंदियां ने, दावा केजरीवाल ने किया है। कहिंदे ने कि पंजाब दे विच सानूं मौका दिओ, पंजाब दे विच भी ना तां कोई तुहाडे कोलों हफ्ता मंगेगा, ना कोई तुहाडे कोलों महीना मंगेगा, अते ना ही तुहाडियां फाइलां क्लीयर करन वेले, तुहानूं मंजूरियां देन वेले सरकारी अफसर कोई पैसा नहीं मंगिया करनगे। एक मौका सानूं दिता जाना चाहीदा है। इस तरह एक तां इल्जाम ला दित्ते अरविंद केजरीवाल ने कि मुख्यमंत्री तक पैसे खांदे ने पंजाब दे विच, अते दूजा पंजाब दे व्यापारियां दे नाल बहुत वड्डे वड्डे वादे अरविंद केजरीवाल दे वल्लों कर दित्ते गए ने। एक मौके की अपील भी केजरीवाल ने पंजाब दे लोकां नूं कर दित्ती है। ऐसी कुछ वो जानकारी, कुछ वो खबर जो थोड़े तक पहुँचाउणियां बहुत जरूरी सन। इन खबरों में किसी खबर बारे या फिर पंजाबी प्राइम टाइम बारे थोड़ी कोई भी राय या सुझाव है तो कमेंट करके अपनी राय जरूर दिओ। चैनल नूं सबसक्राइब कर लो, फेसबुक ते पेज लाइक कर लो। मैं जज सिंह चाहल अगली बार फिर हाजिर होवांगा। तुसीं देखदे रहो द पंजाब टीवी, हर खबर का सच।